ਠੀਕ ਠਾਕ ਆ ਸੋਨੂ ਪਾ ਕੀ ਹਾਲ ਚਾਲ ਠੀਕ ਠਾਕ ਆ ਅੱਛਾ ਉਹ ਕਿੱਧਰ ਆਇਆ ਸੀ ਬੈਂਕ ਵਾਲਾ ਉਹ ਕੁਛ ਨਹੀਂ ਯਾਰ ਪੈਸੇ ਫੜੇ ਸੀ ਥੋੜੇ ਜਿਹੇ ਬੈਂਕ ਤੋਂ ਹਾਂ ਤੇ ਉਹ ਆਇਆ ਸੀ ਵਿਆਜ ਕਹਿੰਦਾ ਤਾਰਿਆ ਨਹੀਂ ਤੁਸੀਂ ਤਾਰ ਦਿਓ ਇਹ ਤੇ ਪੈਸੇ ਤੈਨੂੰ ਮੈਂ ਦੇ ਦਿੰਦਾ ਤੇ ਪੈਲੀ ਦਾ ਕਰ ਲਈਏ ਵਾਦਾ ਘਟਾਪਾਂ ਤੇ ਤੁਸੀਂ ਤਾਰ ਦਿਓ ਵਿਆਜ ਵਿਊਜ ਨਹੀਂ ਕੋਈ ਗੱਲ ਨਹੀਂ ਵੀਰ ਅਸੀਂ ਤਾਰ ਦੇਣਾ ਵਾ ਕਰਕੇ ਜੇ ਬੈਂਕ ਵਾਲੇ ਵੀ ਲੈ ਗਏ ਫੇਰ ਵੀ ਜਰਨੀ ਆ ਤੇ ਬਾਈ ਤੂੰ ਜਾਈਂ ਠੇਕੇ ਤੇ ਨਹੀਂ ਕੋਈ ਗੱਲ ਨਹੀਂ ਅਸੀਂ ਤਾਰ ਲੈਣੇ ਔਖੇ ਸੌਖੇ ਹੋ ਗਏ ਕਿ ਇਤਰਾ ਆ ਬਥੇ ਕਮਾਈ ਤੇ ਬਥੇਰੀ ਯਾਰ ਕਰੀਦੀ ਆ ਹੁਣ ਤੇਰੇ ਸਾਹਮਣੇ ਕੋਈ ਨਹੀਂ ਅਸੀਂ ਤਾਰ ਲੈਣੇ ਆ ਚੱਲ ਮੈਂ ਚੱਲਦਾ ਫਿਰ ਚੱਲ ਕੋਈ ਚੱਕਰ ਨਹੀਂ ਹੁੰਦਾ ਯਾਰ ਜਿਹੜਾ ਕਿਹੜਾ ਪੈਲੀ ਪਿੱਛੇ ਪਿਆ ਵਾ ਉਹ ਦੇ ਉਹ ਭਾਈ ਨਹੀਂ ਆਇਆ ਤਾਂ ਪੈਲੀ ਅਗਲੇ ਦੇ ਬੰਦੇ ਦੀ ਮਜਬੂਰੀ ਦਾ ਫਾਇਦਾ ਉਠਾਉਂਦੇ ਆ ਤੇ रोटी खानी है ना आके ਹੋਰ ਕਿਦਾਂ ਠੀਕ ਹੈ ਸਭ ਹਾਂ ਗਰਮੀ ਬਹੁਤ ਆ ਤੇ ਗਰਮੀ ਹੁਣ ਕੱਲ ਪਰਸੋਂ ਦੀ ਵੱਧ ਗਈ ਸਦੋਂ ਕਿਦਾਂ ਆਇਆ ਫੋਨ ਬਾਰੋ ਹਾਂਜੀ ਆ ਜਾਂਦਾ ਫੋਨ ਤੇ ਅੱਛਾ ਵਧੀਆ ਠੀਕ ਠਾਕ ਸਾਰੇ ਹਾਂਜੀ ਠੀਕ ਠਾਕ ਹੈ ਵਧੀਆ ਤੁਸੀਂ ਸੁਣਾਓ ਵਧੀਆ ਚਾਹੀਦਾ ਤੇ ਮੈਂ ਕਿਹਾ ਮੈਂ ਤੁਹਾਡੇ ਵੱਲ ਆਈ ਹਾਂ ਹਾਂਜੀ ਵਿਨੋਦ ਮੈਨੂੰ ਦੱਸਣ ਡਿਆ ਸੀ ਵੀ ਏਦਾਂ ਆਪਣਾ ਪੈਲੀ ਦਾ ਖਰੇ ਲਿਮਟਡ ਲੁਮਟਡ ਬਣਾਈ ਸੀ ਆਹੋ ਬਣਾਈ ਸੀਗੀ ਕਹਿੰਦੇ ਉਹ ਖਰੇ ਨਾ ਨਹੀਂ ਤਰੀ ਤਾਰੀ ਗਈ ਤੇ ਬੈਂਕ ਵਾਲੇ ਬੜੇ ਚੱਕਰ ਲਾਉਣ ਡਏ ਆਖਣ ਡਿਆ ਸੀ ਆਹਨੇ ਤਾਰ ਦੇਣੀ ਹੈਗੀ ਉਹ ਆਰਟੀ ਨਹੀਂ ਦੇਣ ਡਿਆ ਹਲੇ ਪੈਸੇ ਬੈਂਕ ਵਾਲੇ ਬਹੁਤ ਚੱਕਰ ਲਾਉਣ ਡਏ ਆ ਤੇ ਮੇਰੀ ਗੱਲ ਸੁਣੋ ਓਹਨੇ ਵੀ ਤੁਹਾਨੂੰ ਕਿਹਾ ਵਾ ਤੇ ਤੁਸੀਂ ਵੀ ਤੇ ਭੈਣ ਪੈਸੇ ਕੰਮ ਆਉਂਦੇ ਆ ਤੇ ਤੁਸੀਂ ਸਾਡੇ ਕੋਲ ਲੈ ਲੋ ਪੈਸੇ ਨਹੀਂ ਕੋਈ ਨੀ ਹੋ ਜਾਣਾ ਬਾਅਦ ਚ ਕੋਈ ਨੀ ਆਪਾਂ ਪੈਲੀ ਪੂਲੀ ਦਾ ਕਰ ਲਾਂਗੇ ਦੂਜਾ ਤੁਸੀਂ ਹੁਣ ਉਤਾਰ ਦੋ ਪੈਸੇ ਹੁਣ ਕਈ ਦਾ ਪਤਾ ਕੀ ਆ ਬੜੇ ਕੰਮ ਵੱਧ ਜਾਂਦੇ ਅਗਲੇ ਕੁਰਕੀ ਵੀ ਕਰ ਜਾਂਦੇ ਕਈ ਕੁਛ ਹੋ ਜਾਂਦਾ ਵਾ ਕੋਈ ਨੀ ਬਾਅਦ ਵਿਚ ਆਪਾਂ ਕਰ ਲਾਂਗੇ ਭੈਣ ਭਰਾ ਇਸੇ ਕੰਮ ਹੀ ਆਉਂਦੇ ਆ ਤੇ ਤੁਸੀਂ ਲੈ ਲੋ ਪੈਸੇ ਤੇ ਤੁਸੀਂ ਤਾਰ ਦੋ ਲਿਮਟ ਦੇ ਤੇ ਬਾਕੀ ਤੁਸੀਂ ਕਰ ਲਿਓ ਦੀਪ ਨਾਲ ਸਲਾਹ ਤੇ ਤਾਰ ਦੋ ਤੁਸੀਂ ਪੈਸੇ ਕੋਈ ਨੀ ਆ ਦੇ ਦਿੰਦੇ ਆ ਚੱਲ ਕੋਈ ਨੀ ਵੇਖ ਲਾਂਗੇ ਫਿਰ ਆਉਂਦਾ ਦੀਪ ਮੰਮੀ ਤਾਂ ਕਰੂੰਗੀ ਗੱਲ ਉਹਦੇ ਨਾਲ ਕਹਿ ਕੇ ਗਿਆ ਸੀ ਮੈਨੂੰ ਮਨੋਦ ਵੀ ਉਦਣ ਤੇ ਮੈਂ ਤੇ ਦੀਪ ਨਾਲ ਗੱਲ ਹੀ ਨੀ ਕੀਤੀ ਮੈਂ ਨਿਆਣਾ ਐਵੇਂ ਮਨ ਚ ਸੋਚੂਗਾ ਤੇ ਕੋਈ ਨੀ ਫਿਰ ਕਿਤੇ ਬਣੀ ਜਾਊਗੀ ਗੱਲ ਕੋਈ ਗੱਲ ਨਹੀਂ ਵੇਖ ਲਾਂਗੇ ਫਿਰ ਆਉਂਦਾ ਦੀਪ ਤੇ ਫਿਰ ਮੈਂ ਦੱਸਦੀ ਉਹਦੇ ਨਾਲ ਗੱਲਬਾਤ ਕਰਕੇ ਤੇ ਕੋਈ ਗੱਲ ਨਹੀਂ ਕਰ ਲਾਂਗੇ ਆਹੋ ਚਲ ਕੋਈ ਨਹੀਂ ਮੈਂ ਫੋਨ ਵੀ ਕਰ ਛੱਡ ਆਈ ਕਿਸੇ ਦਾ ਆ ਹੀ ਜਾਂਦਾ ਵਾ ਬਹਿ ਜਾਓ ਕੋਈ ਨਹੀਂ ਘੜੀ ਕੇ ਨਹੀਂ ਨਹੀਂ ਚੱਲੀ ਗਏ ਚੰਗਾ ਫਿਰ ਹੈ ਕਰ ਲਿਓ ਵਿਚਾਰ ਠੀਕ ਹੈ ਠੀਕ ਮੁੰਡਾ ਵੀ ਉਦਣ ਆਇਆ ਤੇ ਉਹ ਵੀ ਪੈਲੀ ਦੀਆਂ ਬੁਝਾਰਤਾਂ ਤੇ ਜੇ ਮਾਂ ਆਈ ਵੇਖ ਲਾ ਕਦੀ ਨਹੀਂ ਆਈ ਤੇ ਹੁਣ ਆ ਗਈ ਹੈਗੀ ਵੀ ਬੈਂਕ ਵਾਲੇ ਆਉਂਦੇ ਆ ਦਸ ਬੈਂਕ ਵਾਲੇ ਆਉਂਦੇ ਤੇ ਫੇਰ ਕੀ ਅਸੀਂ ਤਾਰ ਹੀ ਦੇਣੇ ਆ ਪੈਸੇ ਤੇ ਤੂੰ ਕੀ ਸੂਹਾਂ ਲੈਂਦੀ ਫਿਰਦੀ ਆ ਪੈਲੀ ਦਾ ਕਰ ਲਵਾਂਗੇ ਪੈਲੀ ਦਾ ਹੁਣ ਇਹਨਾਂ ਦਾ ਇਰਾਦਾ ਵੀ ਪੈਲੀ ਸਾਡੇ ਨਾਲ ਲੱਗਦੀ ਤੇ ਪੈਲੀ ਦੀ ਮੱਲ ਮਾਰ ਲਈਏ ਪੈਲੀ ਨੂੰ ਘੇਰਦੇ ਫਿਰਦੇ ਆ ਕਿ ਮਾਂ ਪੁੱਤ ਪੈਲੀ ਰੱਖ ਲਈਏ ਪੈਲੀ ਰੱਖ ਲਈਏ ਇਹਨਾਂ ਨੂੰ ਮਨੋਦ ਨੂੰ ਘੱਲਿਆ ਮਨੋਦ ਸਗਨ ਪਾ ਕੇ ਆਇਆ ਸੀ
चाची किधर आई चाची विनोद भी आया ही बब्बी ते आंदा ही ताई मैं वेख्या ही ए बैंक आले फेरे मारदे आ ते मैं कहा कोई नहीं पुत तार देने पैसे ते आंदा वेख लियो ਅਸੀਂ ਨਹੀਂ ਤੇ ਤਾਰ ਦਿੰਦੇ ਆਗੇ ਤੇ ਪੈਲੀ ਤੇ ਅਸੀਂ ਕੋਈ ਨੀ ਆਪਾਂ ਕਰ ਲਾਂਗੇ ਮਤਲਬ ਦਿਲੋਂ ਤੇ ਪੈਲੀ ਵੱਲ ਨੂੰ ਹੀ ਭੱਜਦੇ ਆਗੇ ਪੈਲੀ ਅਸੀਂ ਰੱਖ ਲਈਏ ਤੇ ਮਾਂ ਵੀ ਅੱਜ ਇਸੇ ਕੰਮ ਆਈ ਸੀ ਕਿ ਪੈਲੀ ਭੈਣ ਜੀ ਕੋਈ ਨੀ ਭੈਣ ਭਰਾ ਇਸੇ ਕੰਮ ਨੂੰ ਹੁੰਦੇ ਤੁਸੀਂ ਸਾਡੇ ਕੋਲ ਲੈ ਲਓ ਤੇ ਬੈਂਕ ਦੇ ਤਾਰ ਦਿਓ ਤੇ ਮੈਂ ਕਿਹਾ ਕੋਈ ਨੀ ਅਸੀਂ ਭੱਜੇ ਪਿੰਡ ਅਸੀਂ ਕਰ ਲੈਣਾ ਵਾ ਕਿਤੇ ਕਰ ਲੈਣੇ ਆ ਦੀਪ ਨੇ ਤੇ ਕੋਈ ਗੱਲ ਨੀ ਆ ਨਹੀਂ ਇਹ ਤੁਸੀਂ ਨਾ ਕਰ ਲਿਓ ਸਲਾਹ ਦੀਪ ਨਾਲ ਤੇ ਫਿਰ ਦੱਸ ਦਿਓ ਕੋਈ ਨੀ ਅਸੀਂ ਕਰ ਲਵਾਂਗੇ ਅਸੀਂ ਨਾ ਸਾਡੇ ਪੈਸੇ ਪੈਸੇ ਭਰ ਦੇਵਾਂਗੇ ਕੋਈ ਨੀ ਆਪਾਂ ਬਾਅਦ 'ਚ ਪੈਲੀ ਦਾ ਕਰ ਲਾਂਗੇ ਮਤਲਬ ਮੈਨੂੰ ਤਾਂ ਇਹੋ ਹੀ ਆਉਂਦੇ ਵੀ ਪੈਲੀ ਅਸੀਂ ਰੱਖ ਲਾਂਗੇ ਆਹੋ ਤੇ ਪਰ ਮੈਂ ਨਹੀਂ ਕੋਈ ਉਹਨੂੰ ਹਾਂ ਹੱਲਾ ਨਹੀਂ ਕਿਹਾ ਕੀਤਾ ਮੈਂ ਕਿਹਾ ਚੱਲ ਮੈਂ ਠੀਕ ਨਾਲ ਕਰਦੀ ਗੱਲ ਵੀ ਕਿੱਦਾਂ ਹੁਣ ਉਹ ਸੱਚ ਮੈਂ ਤੈਨੂੰ ਦੱਸਣਾ ਸੀ ਨਾਲੇ ਉਹ ਸੋਨੂੰ ਵੀ ਆਇਆ ਸੀ ਮੇਰੇ ਗੱਲ ਹਾਂ ਉਹ ਵੀ ਕਹਿਓ ਕਹਿਣ ਡਿਆ ਸੀ ਕਿ ਪੈਸੇ ਮੇਰੇ ਕੋਲ ਲੈ ਲਓ ਪੈਲੀ ਮੈਂ ਵਾ ਲੈਣਾ ਵਾ ਤੇ ਮੈਂ ਭਰਾਵਾ ਅਸੀਂ ਔਖੇ ਸੌਖੇ ਹੋ ਕੇ ਤਾਰ ਦੇਣੇ ਆ ਕੋਈ ਗੱਲ ਨਹੀਂ ਆ ਤਾਂ ਸਹੀ ਕੀ ਖਾਣਾ ਹੁਣ ਆ ਤਾਂ ਲੋਕ ਵੇਖ ਲੋ ਕਿੱਦਾਂ ਪੈੜੀ ਪਿੱਛੇ ਤੁਰ ਵੀ ਪਏ ਆ ਤੁਰ ਵੀ ਪਏ ਹੁਣ ਇਹੋ ਹੀ ਆ ਕਿ ਇਹਨਾਂ ਕੋ ਤਾਰੇ ਨਹੀਂ ਜਾਣੇ ਤੇ ਪੈੜੀ ਅਸੀਂ ਰੱਖ ਲਈਏ ਦੂਜੇ ਬੰਦੇ ਦੀ ਮਜਬੂਰੀ ਨਹੀਂ ਸਮਝਦੇ ਤੇ ਅੱਗੋਂ ਨਹੀਂ ਵੀ ਜੇ ਇਹੋ ਹੀ ਕਹਿ ਦੇਣ ਵੀ ਮਦਦ ਕਰ ਦਿੰਨੇ ਅਸੀਂ ਤੁਹਾਡੀ ਆਹੋ ਤੇ ਵੀ ਮੁੜ ਕੇ ਦੇ ਲਿਓ ਫਸਲਾਂ ਤੇ ਉਹ ਨਹੀਂ ਵੇਖਣਾ ਕਹਿਣ ਦੇ ਪੈਸੇ ਲੈ ਲਓ ਤੇ ਪੈੜੀ ਦਾ ਕਰ ਲਾਂਗੇ ਪੈੜੀ ਦਾ ਮਤਲਬ ਪੈੜੀ ਰੱਖ ਲਾਂਗੇ ਤੇ ਭੈਣ ਭਰਾ ਦੇ ਤਾਂ ਹੀ ਪਤਾ ਲੱਗਦਾ ਨਾ ਜੇ ਕੋਈ ਮਦਦ ਕਰੇ ਤੇ ਆਹੋ ਇਹ ਤਾਂ ਗੱਲ ਹੈ ਕੀ ਆਹ ਤੇ ਅੱਖ ਤੇ ਪੈੜੀ ਤੇ ਆ ਉਹੋ ਸ਼ਰੀਕ ਸ਼ਰੀਕ ਹੀ ਹੁੰਦੇ ਆ ਦੇ ਸ਼ਰੀਕ ਸ਼ਰੀਕ ਹੀ ਦੀ ਅੱਖ ਪੈੜੀ ਤੇ ਆ ਤੇ ਦੱਸ ਵੀ ਇਹਨਾਂ ਨੇ ਪਤਾ ਵੀ ਅਸੀਂ ਸਾਡੇ ਨਿਆਣੇ ਦੀ ਵੀ ਜਾਇਦਾਦ ਅਸੀਂ ਕੀ ਖਾਣਾ ਮੁੜ ਕੇ ਨਾਲੇ ਬੈਂਕ ਵਾਲਾ ਵੀ ਆਇਆ ਸੀ ਅੱਜ ਉਹ ਵੀ ਆਖਣ ਡਿਆ ਨਾ ਤੁਹਾਡੀ ਕਿਸ਼ਤ ਨਹੀਂ ਤਰੀ ਹਾਂ ਕਿਸ਼ਤ ਤਾਰ ਦਿਓ ਇਹ ਮੈਂ ਕਿਹਾ ਕੋਈ ਗੱਲ ਨਹੀਂ ਹਫ਼ਤਾ ਦੋ ਹਫ਼ਤੇ ਦਿਓ ਤਾਰ ਦਿੰਦੇ ਹਾਂ ਅੱਗੇ ਪੁੱਤ ਗਹਿਣੇ ਵੇਚ ਕੇ ਤਾਰੀ ਤੇ ਹੁਣ ਐਤ ਕੀ ਕਰਨਾ ਤਾਰਾਂਗੇ ਉਹ ਕੀ ਤਾਰਤੀ ਆ ਪੈਸੇ ਪਾ ਹੀ ਦੇਵੇ ਤੇ ਬਾਕੀ ਤਾਰਦਾ ਕੋਈ ਗੱਲ ਨਹੀਂ ਹੋ ਜਾਊਗਾ ਕੁੱਖ ਨਹੀਂ ਹੁੰਦਾ ਲੱਗਦਾ ਖਰੇ ਇੰਨਾ ਗੜੀ ਹੱਥ ਅੱਡਣੇ ਪੈਣਗੇ ਨਹੀਂ ਨਹੀਂ ਹੱਥ ਨਹੀਂ ਆਪਾਂ ਇੰਨਾ ਗੜੀ ਅੱਡਣੇ ਕੁਛ ਨਹੀਂ ਹੁੰਦਾ ਆਪੇ ਮਹਾਰਾਜ ਕਰੂਗਾ ਅੱਗੇ ਨਹੀਂ ਇੰਨੀ ਪਰਵਾਹ ਜੀ ਤੇ ਆ ਜਿੱਦਾਂ ਨਾ ਦੋ ਵਾਰ ਬੈਂਕ ਵਾਲੇ ਫੇਰਾ ਮਾਰਿਆ ਨਾਲੇ ਹੁਣ ਆ ਤੇਰੀ ਚਾਚੀ ਵੀ ਅੱਜ ਬਹਿ ਗਈ ਤੇ ਮੇਰਾ ਹੁਣ ਧਿਆਨ ਦੇ ਅੰਦਰਾ ਉੱਥੇ ਟੈਨਸ਼ਨ ਲੱਗੀ ਰਹਿੰਦੀ ਆ ਨਹੀਂ ਨਹੀਂ ਕੁਛ ਨਹੀਂ ਹੁੰਦਾ ਕਰੂੰਗਾ ਹੁਣ ਕੁਛ ਨਹੀਂ ਹੁੰਦਾ ਆਪੇ ਹੋ ਜਾਣਾ ਸਭ ਕੁਝ ਇਹਦਾ ਆ ਗਿਆ ਫੋਨਾ ਪਾਉ ਨਾ ਦੀ ਦਾ ਹਲੋ ਹਲੋ ਆਉਣਾ ਮੈਂ ਹੁਣੇ ਆਏ ਬੰਦੀ ਤੋਂ ਸਵੇਰੇ ਮੈਂ ਵੀ ਵੇਖੇ ਬੈਂਕ ਵਾਲੇ ਆਉਂਦੇ ਨਾ ਅੱਜ ਫਿਰ ਮੈਂ ਬੈਂਕ ਵਾਲੇ ਆਏ ਆ ਤੇ ਮੈਂ ਕਿਹਾ ਜੇ ਨਹੀਂ ਪੈਸੇ ਤਰਦੇ ਤੇ ਮੈਂ ਤੁਸੀਂ ਤਾਰ ਲੋ ਨਾਲ ਮੈਂ ਪੈੜੀ ਦੀ ਬਜਾਤ ਜੀ ਪਾਈ ਮੈਂ ਕੋਈ ਨਹੀਂ ਬਾਅਦ ਚ ਪੈਲੀ ਪੁਲੀ ਰੱਖ ਲਾਂਗੇ ਤੁਸੀਂ ਸਾਡੇ ਕ
ਆਹੋ ਆਪਣੇ ਪੈਰ ਲੈਣ ਪਾਵਾਂਗੇ ਫਿਰ ਮੇਰੇ ਨਾਲ ਆਹੋ
ਗੱਲਾਂ ਬੜੀਆਂ ਆਉਣ ਡੈ ਪਈਆਂ ਤੈਨੂੰ ਜਦੋਂ ਦਾ ਵਿਆਹ ਕਰਾਇਆ ਤੂੰ।